ਵੀ ਲੋਕ ਪੈਸੇ ਨਾਲ ਪੈਸਾ ਕਿਸ ਤਰ੍ਹਾਂ ਬਣਾ ਰਹੇ ਆ ਥੋੜਾ ਬਾਹਰ ਨਿਕਲੋ ਸਰਚ ਕਰੋ ਫਿਰ ਪਤਾ ਲੱਗਦਾ ਕਿੱਧਰੋਂ ਪੈਸੇ ਲਾ ਕੇ ਅਤੇ ਕਿੱਧਰੋਂ ਪੈਸੇ ਬਣਨ ਇਹ ਮੈਂ ਤੁਹਾਨੂੰ ਦੱਸ ਰਿਹਾ ਵੀ ਚਾਰ ਪੈਸੇ ਹੈਗੇ ਤੁਹਾਡੇ ਕੋਲ ਤੁਹਾਡੇ ਇਨਵੈਸਟ ਕਰਵਾ ਕੇ ਅਤੇ ਪੈਸੇ ਨਾਲ ਪੈਸਾ ਬਣਾਈਏ ਆਪਾਂ ਮੈਂ ਨਾ ਇੱਕ ਦੋ ਦਿਨ ਦੇ ਨਾ ਮਕਾਨ ਦੇਖਦਾ ਫਿਰਦਾ ਫਲੈਟ ਜਾਂ ਅਪਾਰਟਮੈਂਟ ਦੇਖਦਾ ਫਿਰਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਦ ਕੋਈ ਬੰਦਾ ਕੋਈ ਚੀਜ਼ ਲੈਂਦਾ ਨਾ ਤਾਂ ਦੇਖ ਪਰਖ ਕੇ ਲੈਂਦਾ ਐਂ ਥੋੜ੍ਹੀ ਜਿਹੀ ਦੇਖੀ ਚੀਜ਼ ਤਾਂ ਲੈ ਲਈ ਹੁਣ ਤਿੰਨ ਚਾਰ ਲੋਕੇਸ਼ਨਾਂ ਦੇਖੂੰਗਾ ਉਹਨਾਂ ਵਿੱਚੋਂ ਕੋਈ ਚੀਜ਼ ਪਸੰਦ ਆਊਗੀ ਫਿਰ ਲਊਂਗਾ ਵਿੱਚ ਕਮੈਂਟ ਤਾਂ ਲੈੜਿਆ ਨਹੀਂ ਕੁਛ ਨਹੀਂ ਵੀਡੀਓ ਬਣਾਉਂਦਾ ਫਲਾਣਾ ਕਰਦਾ ਧਮਕਾਉਣਾ ਕਰਦਾ ਮੈਂ ਨਾਲ ਸੋਚਦਾ ਵੀ ਚੱਲ ਜੇ ਕਿਸੇ ਹੋਰ ਨੂੰ ਵੀ ਕੋਈ ਚੀਜ਼ ਪਸੰਦ ਆ ਜੇ ਕਿਸੇ ਹੋਰ ਦੀ ਇਨਕੁਆਇਰੀ ਆ ਜਾਂਦੀ ਜਿੱਦਾਂ ਮੈਂ ਦੋ ਤਿੰਨ ਵੀਡੀਓ ਨੂੰ ਪਾਤੀ ਆ ਮੈਂ ਇਹਦੇ ਪਰ ਪ੍ਰੋਪਰਟੀ ਪਰ ਅੱਜ ਵੀ ਦੇਖਣੇ ਚੱਲੇ ਇੱਕ ਦੋ ਹੋਰ ਲੋਕੇਸ਼ਨ ਦੇਖੂੰਗਾ ਅਤੇ ਵਿੱਚ ਇੱਦਾਂ ਦੀ ਵੀ ਮੈਨੂੰ ਵੀ ਕਮੈਂਟ ਆ ਜਾਂਦੇ ਟੈਲੀਫੋਨ ਵੀ ਕੋਈ ਹੋਰ ਤੋਂ 30-40 ਲੱਖ ਦੀ ਵੀ ਹੈ ਕੋਈ ਪ੍ਰੋਪਰਟੀ ਵੀ ਅਸੀਂ ਵੀ ਲੈਣਾ ਚਾਹੁੰਦੇ ਹਾਂ ਵੀ ਸਾਡਾ ਇੰਨੇ ਬਜਟ ਤੋਂ ਬਾਹਰ ਹੈ ਚੱਲ ਮੈਂ ਚੱਲ ਉਹਨਾਂ ਦੀ ਵੀ ਹੈਲਪ ਹੋ ਜਾਂਦੀ ਮੈਂ ਤਾਂ ਦੇਖਦਾ ਹੀ ਨਾਲ ਅਤੇ ਚੱਲੀਏ ਫਿਰ ਅੱਜ ਹਾਂ ਕੱਲ੍ਹ ਭਾਈ ਹੈਗਾ ਤਾਂ ਪੰਜਾਬ ਬੰਦ ਮੈਂ ਥਾਰ ਕਢਾਈ ਆਪਣੇ ਅੱਡੇ 'ਚ ਬੱਸ ਫੜ ਲਈ ਪ੍ਰਾਈਵੇਟ ਬੱਸ ਆਈ ਜਦੋਂ ਮੈਂ ਉੱਥੇ ਦੂਜੀ ਬੱਸ ਫੜਨੀ ਸੀ ਚੰਡੀਗੜ੍ਹ ਨੂੰ ਉਹ ਬੱਸੇ ਨਾਲ ਆਈ ਡੇਢ ਘੰਟਾ ਮੈਂ ਖੜਾ ਰਿਹਾ ਉੱਥੇ ਡੇਢ ਘੰਟੇ ਬਾਅਦ ਇੱਕ ਬੱਸ ਆਈ ਉਹ ਵੀ ਕੋਲ ਦੀ ਆਏ ਲੰਘ ਗਈ ਚੜਾਏ ਨਹੀਂ ਉਹਨੇ ਉਸ ਤੋਂ ਬਾਅਦ ਫਿਰ 10 ਮਿੰਟ ਬਾਅਦ ਬੱਸ ਵੀ ਉਹਨੇ ਚੜਾ ਲਿਆ ਤਾਂ ਮੈਂ ਚੰਡੀਗੜ੍ਹ ਪਹੁੰਚਿਆ ਉਹਨੇ ਬੱਸ ਅੱਡੇ ਤੋਂ ਬਹੁਤ ਪਿੱਛੇ ਲਾਹਤਾ ਉੱਥੇ ਫਿਰ ਆਟੋ ਕਰਿਆ ਫਿਰ ਮੈਂ ਅੱਡੇ ਪਹੁੰਚਿਆ ਉੱਥੇ ਫਿਰ ਮੈਨੂੰ ਜਿਹੜਾ ਮਨਜੋਤ ਕੱਲ੍ਹ ਵਾਲੇ ਭਾਜੀ ਵੀਡੀਓ 'ਚ ਆਇਆ ਤਾਂ ਉਹ ਮੈਨੂੰ ਫਿਰ ਲੈ ਕੇ ਗਿਆ ਉੱਥੇ 'ਤੇ ਕੱਲ੍ਹ ਪਤਾ ਲੱਗਿਆ ਵੀ ਗੱਡੀ ਦੀ ਵੈਲਿਊ ਕਿਆ ਹੁੰਦੀ ਹੈ ਵੀ ਕਿੱਦਾਂ ਲੋਕ ਜਿਹੜੇ ਬੱਸਾਂ 'ਚ ਸਫ਼ਰ ਕਰਦੇ ਕਿੱਦਾਂ ਖੱਜਲਖੁਆਰ ਹੁੰਦੇ ਆ ਮੈਂ ਚੱਲ ਜਾਣਾ ਉੱਥੇ ਤਾਂ ਉਹਨੇ ਬਿਠਾ ਲਾ ਮੈਂ ਕਹਿੰਦਾ ਥਾਰ ਚੱਕਣੀ ਹੈ ਪਰ ਅੱਜ ਤਾਂ ਮੈਂ ਕਹਿੰਦਾ ਲੇਟ ਚੱਲਦੇ ਖੱਜਲਖੁਆਰ ਨਹੀਂ ਹੋਣਾ ਹੈਗਾ 10 ਮਿੰਟ 'ਚ ਉੱਥੇ ਪੂਰਾ 2-2.5 ਘੰਟੇ ਲੇਟ ਹੋ ਗਿਆ ਜਿਹੜਾ ਮੈਂ ਸੋਚਿਆ ਸੀ ਸ਼ਾਮ ਨੂੰ 4 ਜਾਂ 5 ਵਜੇ ਮੈਂ ਵਾਪਸ ਆ ਜਾਊਂਗਾ ਅਤੇ ਘਰਾਂ ਮੈਨੂੰ ਵੀਰ ਕੁਝ ਮਿਲਣ ਆਏ ਹੋ ਅਤੇ ਆਹ ਤੁਸੀਂ ਉਹ ਦੇਖੋ ਮੈਨੂੰ ਮਿਲਣਾ ਹੋਏ ਤਾਂ ਵੀਰ ਹੋਣੀ ਲਓ ਜੀ ਵੀਰ ਹੋਣੀ ਮਿਲਣ ਆਏ ਹੋਏ ਸੀ ਖਵਾਉਣੋ ਸਾਈਡ ਤੋਂ ਅਤੇ ਨਿੰਮੇ ਦੇ ਘਰੇ ਬੈਠੇ ਤਾਂ ਮੈਂ ਲੇਟ ਹੋ ਗਿਆ ਥੋੜ੍ਹਾ ਜਿਹਾ ਹੋਰ ਠੀਕ ਠਾਕ ਵੀਰੇ ਯਾਰ ਬਹੁਤ ਵਧੀਆ ਲੱਗਿਆ ਬਾਈ ਮਿਲ ਕੇ ਬਹੁਤ ਚਿਰ ਦੀ ਚਾਹਨਾ ਸੀ ਮਨ ਚ ਓਕੇ ਜੀ ਬਹੁਤ ਤਮੰਨਾ ਸੀਗੀ ਕਾਫੀ ਚਿਰ ਤੋਂ ਲਈ ਫਿਰਦੇ ਸੀ ਮਨ ਚ ਅੱਜ ਮਿਲੇ ਬਿਲਕੁਲ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਾ ਤਾਂ ਕਹਿਣੇ ਵਾਲਿਆਂ ਤਾਂ ਬਹੁਤ ਕੁਝ ਕਹਿੰਦੇ ਆ ਨਾ ਕਮੈਂਟਾਂ 'ਚ ਬਹੁਤ ਗੱਲਾਂ ਬੰਦੇ ਇਹੋ ਜਿਹੀਆਂ ਬੋਲਦੇ ਆ ਪਰ ਨਹੀਂ ਬੋਲਣੀਆਂ ਚਾਹੀਦੀਆਂ ਕਿਸੇ ਬੰਦੇ ਬਾਰੇ ਜੇ ਨਾ ਪਤਾ ਹੋਵੇ ਨਾ ਬੋਲੇ ਠੀਕ ਹੈ ਬੜਾ ਵਧੀਆ ਲੱਗਿਆ ਤੁਹਾਡਾ ਵਾਤਾਵਰਨ ਇੱਥੇ ਮਿਲ ਕੇ ਰਹਿਣਾ ਸਹਿਣਾ ਬਾਈ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਮਿਲ ਕੇ ਪਤਾ ਲੱਗਦਾ ਬੰਦੇ ਨੂੰ ਬਾਈ ਹਾਂਜੀ ਹਾਂਜੀ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਹ ਵੀਰ ਸੀ ਆਪਾਂ ਨੂੰ ਮਿਲਣ ਆਏ ਹੋਏ ਸੀ ਅਤੇ ਮੈਂ ਭੱਜ ਭੱਜ ਕੇ ਫਿਰ ਉੱਥੋਂ ਆਇਆ ਮੈਂ ਸੋਚਦਾ ਵੀ ਇੱਥੋਂ ਅੱਜ ਆਪਣੇ ਘਰ ਤੋਂ ਬਲੌਗ ਸ਼ੁਰੂ ਕਰ ਲਿਆ ਮੈਂ ਸੋਚਦਾ ਵੀ ਚਲ ਉੱਥੇ ਜਾ ਕੇ ਸ਼ੁਰੂ ਕਰੂੰ ਨਾਲੇ ਦੇਖਾਂ ਵੀ ਕਾਹਨੂੰ ਟਾਈਮ ਵੇਸਟ ਕਰਨਾ ਵਿੱਚ ਨਾਲੇ ਫਿਰ ਗੱਲਾਂ ਬਾਤਾਂ ਵੀ ਹੋਈ ਜਾਂਦੇ ਹੁਣ ਨਿੰਮੇ ਨੂੰ ਫੋਨ ਕਰਦਾ ਮੈਂ ਚੱਲ ਨਿੰਮੇ ਨੂੰ ਨਾਲ ਲੈ ਚੱਲਦਾ ਨਿੰਮੇ ਨੇ ਫੋਨ ਨਹੀਂ ਚੱਕਿਆ ਹੈ ਵੱਡਾ ਬਲੌਗਰ ਬਣਿਆ ਹੋਇਆ ਨਿੰਮਾ ਦੱਸ ਫਿਰ ਕਰੂੰਗਾ ਮੈਂ ਚਾਰਜ ਪਰ ਲਾਇਆ ਹੋਇਆ ਤਾਂ ਮੇਰਾ ਫੋਨ ਸਾਈਡ ਪਰ ਪਿਆ ਤਾਂ ਜਾਂ ਆਪਣੇ ਭਤੀਜੇ ਨੂੰ ਫੜਾਇਆ ਤਾਂ ਫੋਨ ਆਏਗਾ ਦੂਗਾ ਫਿਰ ਮੈਂ ਚੱਲ ਲੈ ਚੱਲਦੇ ਅੱਜ ਨਾਲ ਚਲੋ ਕੋਈ ਨਹੀਂ ਹੁਣ ਨਿੰਮੇ ਦੀ ਕਿਸਮਤ 'ਚ ਨਹੀਂ ਹੈਗਾ ਤਾਂ ਘੁੰਮਣਾ ਮੈਂ ਪਹੁੰਚ ਗਿਆ ਜੀ ਇੱਥੇ ਜੁਬਲੀ ਇੱਥੇ ਨਾ ਸਾਰੇ ਉੱਪਰ ਦਫ਼ਤਰ ਬਣਨ ਲੱਗੇ ਹੋਏ ਜੇ ਕਿਸੇ ਨੇ ਕੋਈ ਦਫ਼ਤਰ ਵੀ ਖੋਲ੍ਹਣਾ ਆਪਣਾ ਕਿਸੇ ਤਰ੍ਹਾਂ ਦਾ ਵੀ ਇਮੀਗ੍ਰੇਸ਼ਨ ਵਾਲਾ ਤਾਂ ਤੁਹਾਨੂੰ ਨੇੜੇ ਜਾ ਕੇ ਦਿਖਾਉਂਦਾ ਮੈਂ ਇੱਕ ਮਿੰਟ ਚੱਲਦੇ ਇੱਧਰ ਘੁੰਮ ਕੇ ਗੱਡੀ ਘੁਮਾ ਕੇ ਲਿਆਉਣੀ ਪੈਣੀ ਸੋਹਣੇ ਗੁਰਦੁਆਰਾ ਓਪੀਜਿਟ ਇੱਧਰ ਵੈਸੇ ਉਹ ਸਾਹਮਣੇ ਸੋਹਣਾ ਗੁਰਦੁਆਰਾ ਸਾਹਿਬ ਹੈ ਅਤੇ ਇੱਧਰ ਲਿਖਿਆ ਸਾਹਮਣੇ ਆ ਇਹਦੇ ਉਹ ਸਾਹਮਣੇ ਦਫ਼ਤਰ ਆ ਹੋਮਲੈਂਡ ਆ ਜਾਂ ਸਾਹਮਣੇ ਹੋਮਲੈਂਡ ਹੈ ਹੋਮਲੈਂਡ ਤਾਂ ਇਹ ਸਾਈਡ ਪਿਛਲੀ ਪਾਸੇ ਨੂੰ ਜੇ ਤੁਸੀਂ ਦੇਖ ਰਹੇ ਇੱਧਰ ਉਹ ਦਫ਼ਤਰ ਹੈ ਆਹ ਦਫ਼ਤਰ ਇੱਥੇ ਦਿਖਾਉਂਦਾ ਨੇੜੇ ਜਾ ਕੇ ਮੈਂ ਜੂ ਟਰਨ ਮਾਰਿਆ ਅਤੇ ਆ ਗਿਆ ਮੈਂ ਦਿਖਾਉਂਦਾ ਹੋਰ ਅੱਗੇ ਜਾ ਕੇ ਕਿੱਧਰ ਖੜਾ ਹੋਊਗਾ ਭੌਰ ਆਪਣਾ ਪੁੱਜ ਗਿਆ ਮੈਂ ਉਹ ਲਿਖਿਆ ਉੱਧਰ ਜੁਬਲੀ ਆਹ ਸਾਰੇ ਉੱਪਰ ਦਫ਼ਤਰ ਆ ਦਿਖਾਉਂਦਾ ਅੰਦਰ ਜਾ ਕੇ ਦਿਖਾਉਂਦਾ ਮੈਂ ਉੱਪਰ ਆ ਗਿਆ ਲਿਫਟ ਲੱਗੀ ਚੱਲ ਨਹੀਂ ਰਹੀ ਹੈਗੀ ਦੂਜੀ ਲਿਫਟ ਵੀ ਲੱਗੀ ਮੈਨੂੰ ਲੱਭ ਨਹੀਂ ਰਹੀ ਹੈਗੀ ਅਤੇ ਆ ਪੌੜੀਆਂ ਵੀ ਹੈਗੀਆਂ ਆ ਸਾਰੇ ਇੱਥੇ ਦਫ਼ਤਰ ਹੀ ਬਣ ਰਹੇ ਆ ਤਕਰੀਬਨ ਆਹ ਉੱਪਰ ਬੰਦ ਕਰਿਆ ਹੋਇਆ ਪੌੜੀਆਂ ਵੀ ਚੱਲਦੇ ਮੈਂ ਕਹਿੰਦਾ ਇੱਧਰ ਯਾਰ ਚੌਥੀ ਮੰਜ਼ਿਲ 'ਚ ਆ ਗਿਆ ਮੈਂ ਅਤੇ ਆਹ ਹੈ ਦਫ਼ਤਰ ਇੱਧਰ ਜਿਹੜੇ ਬਣ ਰਹੇ ਆ ਲਓ ਜੀ ਇੱਕ ਸਾਡਾ ਵੀ ਦਫ਼ਤਰ ਆ 444 ਦਿਖਾਉਂਦਾ ਸਾਨੂੰ ਅੰਦਰ ਤੇ ਇੱਥੇ ਰਿਸੈਪਸ਼ਨ ਦਾ ਅਤੇ ਉੱਧਰ ਸਾਡਾ ਕੀ ਹਾਲ ਹੈ ਜੀ ਵੀਰੇ ਕੀ ਹਾਲ ਹੈ ਹੋਰ ਕੀ ਹਾਲ ਹੈ ਵੀਰੇ ਆਹ ਭਾਈ ਸਾਡਾ ਇੱਕ ਛੋਟਾ ਜਿਹਾ ਦਫ਼ਤਰ ਹੈ ਕੀ ਹਾਲ ਹੈ ਵੀਰੇ ਅਸੀਂ ਨਾ ਕੱਲ੍ਹ ਇੱਥੇ ਇੱਕ ਹਾਂ ਚਾਹ ਚੂਰੀ ਪੀਤੀ ਜੀ ਆਹ ਲੈ ਆ ਜਾ ਤੈਨੂੰ ਲਈਏ ਬਲੌਗ 'ਚ
ਇੱਥੇ ਕਿ ਫੇਮਸ ਹੋ ਰਹੀ ਆ ਮੋਹਾਲੀ ਦੇ ਵਿੱਚ ਚਾਹ ਚੋਰੀ। ਇਹਦੇ ਵਿੱਚ ਚੋਰੀ ਪਈ ਆ ਅਤੇ ਚਾਹ ਜਿਹੜੇ ਆ ਦੂਜੇ ਆਪਣੇ ਕੁੱਲਰ ਕੁੱਲਰ ਵੀ ਮਿੱਟੀ ਵਾਲੇ ਭਾਂਡੇ ਬਹੁਤ ਵਧੀਆ ਫਲੇਵਰ ਹੁੰਦਾ ਮਤਲਬ ਵਧੀਆ ਲੱਗੇ ਇੱਥੇ। ਜੇ ਤੁਸੀਂ ਆ ਸੋਹਣਾ ਸਾਈਡ ਆਏ ਤਾਂ ਜੁਬਲੀ ਦੇ ਵਿੱਚ ਆ ਕੇ ਜ਼ਰੂਰ ਟਰਾਈ ਕਰਕੇ ਜਾਇਓ ਚਾਹ ਚੋਰੀ। ਚਾਹ ਚੋਰੀ ਵੈਸੇ ਕੱਲ੍ਹ ਕੱਲ੍ਹ ਹੀ ਟਰਾਈ ਮੈਂ। ਹਾਂ ਹਾਂ ਇੱਧਰ ਫੜੋ ਜੀ। ਵੈਸੇ ਇਹ ਖਾ ਕੇ ਦੋ ਘੰਟੇ ਦੋ ਢਾਈ ਘੰਟੇ ਹਿੱਲਦਾ ਨਹੀਂ ਬੰਦਾ ਹੈ ਨਾ, ਭੁੱਖ ਨਹੀਂ ਲੱਗਦੀ, ਦੋ ਢਾਈ ਘੰਟੇ ਐਂ ਨਿਕਲ ਜਾਂਦੇ ਬੰਦੇ ਦੇ। ਚਾਹ ਤਾਂ ਮੈਂ ਕੱਲ ਪੀਤੀ ਬਈ। ਅਸੀਂ ਇੰਨੀ ਗਰੰਟੀ ਦਿੰਦੇ ਜਿਹੜਾ ਮਤਲਬ ਇੱਕ ਵਾਰ ਇੱਥੇ ਆ ਚੋਰੀ ਤੇ ਚਾਹ ਪੀ ਗਿਆ ਤਾਂ ਮੁੜ ਕੇ ਦੁਬਾਰਾ ਜ਼ਰੂਰ ਆਊਗਾ। ਵਧੀਆ ਲੱਗਿਆ ਮੈਨੂੰ ਭਾਈ ਜਿਹੜੀ ਅਤੇ ਮੈਂ ਤਾਂ ਇਹ ਕੋਈ ਪ੍ਰਮੋਸ਼ਨ ਨਹੀਂ ਹੈਗੀ, ਜਿਹੜੀ ਚੀਜ਼ ਮੈਨੂੰ ਵਧੀਆ ਲੱਗੀ ਆ ਆਪਾਂ ਤਾਂ ਦੱਸੀ ਤਾਂ ਦੱਸੀ ਨਹੀਂ, ਜੇ ਸਾਨੂੰ ਵਧੀਆ ਨਾ ਲੱਗਦੀ ਅਸੀਂ ਦੱਸਣੀ ਨਹੀਂ ਤਿਆਰ। ਬਣਦੀ ਇੱਕ ਵਾਰ ਅਸੀਂ ਆਪਣੇ ਇੱਥੇ ਦੋ ਦਫ਼ਤਰ ਆ ਸਾਡੇ ਅਸੀਂ ਲਿੱਤੇ ਹੋਏ ਆ, ਸ਼ਾਇਦ ਇੱਕ 'ਚ ਕੰਮ ਕਰ ਲਈ ਇੱਕ ਅਸੀਂ ਕਿਰਾਏ ਪਰ ਚੜ੍ਹਾ ਦੇਣਾ ਭਾਅ ਜੀ ਉਹਨਾਂ ਦੇ ਮਨਜੋਤ ਭਾਅ ਜੀ ਦੇ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਆਪਣੇ ਉਹ ਹਾਲੇ ਕੰਮ ਚੱਲ ਰਿਹਾ ਵੀ ਸਮਝ ਲਓ ਵੀ ਹੋਰ 6 ਮਹੀਨੇ ਤੱਕ ਪੂਰਾ ਤਿਆਰ ਹੋ ਜਾਣਾ ਇਹ ਆਪਣਾ 5 ਮੰਜ਼ਿਲ ਹੈ ਭਾਅ ਜੀ ਆਪਣੇ 5 ਤੇ। ਇੱਥੇ ਵੀ ਤੁਸੀਂ ਪੈਸੇ ਇਨਵੈਸਟਮੈਂਟ ਕਰ ਸਕਦੇ ਆ, ਜਿਹੜੇ ਇਹ ਦਫ਼ਤਰ 45 ਲੱਖ ਤੋਂ ਲੈ ਕੇ 55 ਲੱਖ ਤੱਕ ਹੈਗੇ ਉਹ 70-80 ਲੱਖ ਤੱਕ, ਜਿੰਨਾ ਤੁਹਾਡਾ ਵੱਡਾ ਜਿੰਨਾ ਛੋਟਾ ਤੁਸੀਂ ਲੈਣਾ ਪਸੰਦ ਕਰ, ਜਿੱਦਾਂ ਆਹ ਛੋਟਾ ਥੋੜ੍ਹਾ ਜਿਹਾ ਜਿੱਦਾਂ ਆਹ ਦੇਖਦਾ ਕਿੱਡਾ ਵੱਡਾ ਹੈ ਪਰਲੇ ਪਾਸੇ ਆਹ ਆਪਣਾ ਇੱਧਰ ਲਾਸਟ ਵਾਲਾ ਕੋਰਨਰ ਤੇ ਜਿਹੜੀ ਇਹਦੀ ਕੀਮਤ ਵੀ ਕੋਰਨਰ ਵਾਲਾ ਹੈ। ਅਤੇ ਭਾਅ ਜੀ ਕਿੰਨਾ ਸਕੁਅਰ ਕਿੰਨਾ ਫੁੱਟ ਕਿੰਨਾ ਕਿਆ ਕੁਛ ਹੈ? 612 ਸਕੁਅਰ ਫੁੱਟ ਦਾ ਜੀ। 612 ਸਕੁਅਰ ਫੁੱਟ ਦਾ ਇਹ ਘੱਟੋ ਘੱਟ ਵੀ 70 ਤੋਂ 75 ਲੱਖ ਦੇ ਏਡੇ 'ਚ ਬਣੂਗਾ ਸਾਰੀ ਚੀਜ਼। ਇਹ ਵੱਡਾ ਥੋੜ੍ਹਾ ਜਿਹਾ ਇਹ ਵੀ ਤਿਆਰ ਹੋ ਜਾਣਾ, ਫਿਰ ਸਾਡਾ ਦਫ਼ਤਰ ਇੱਥੇ ਆ ਜਾਂ ਸ਼ਾਇਦ ਅਸੀਂ ਕਿਰਾਏ ਪਰ ਚੜ੍ਹਾ ਦੀ ਜਿਹੜਾ ਕਿਰਾਇਆ ਵੀ ਇੱਥੋਂ 30,000 ਤੋਂ ਲੈ ਕੇ 40,000 ਤੱਕ ਕਿਰਾਇਆ ਚੱਲਦਾ। ਹਾਂ 40,000-45,000 ਤੱਕ ਇਹਦਾ ਕਿਰਾਏ ਪਰ ਚੜ੍ਹ ਜਾਣਾ ਇਹ ਪੂਰਾ। ਲੋਨ ਵੀ ਸਾਰਾ ਕੁਛ ਹੈਗਾ ਫੈਸਿਲਿਟੀ ਜੇ ਤੁਸੀਂ ਇੱਥੇ ਪੈਸੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ। ਠੀਕ ਆ ਪੂਰਾ ਇੱਧਰ ਨੂੰ ਮੋਹਾਲੀ ਸ਼ਹਿਰ ਦਿਖਦਾ ਇੱਥੇ ਤੇ ਉਹ ਗੱਲ ਲੜਾਈ ਹੋ ਗਈ ਥੱਲੇ ਲੜਪੇ ਸਾਹਮਣੇ ਫਰੰਟ ਤੇ ਬਾਲਕੋਨੀ ਤਾਂ ਬੰਦ ਹੋਣਾ ਨਾ ਲੋਕ ਆ ਬੰਦਾ ਪਰਲੇ ਪਾਸੇ ਨੂੰ ਬਾਲਕੋਨੀ ਆ ਵੀ ਕੋਈ ਦਫ਼ਤਰ ਕਿਸੇ ਦਾ ਬਣ ਰਿਹਾ ਇੱਥੇ ਨਾਲੇ ਆਪਣਾ ਹੋਰ ਹੈ ਨਾ। ਹਾਂ ਹਾਂ ਪਰਲੇ ਪਾਸੇ ਜੇ ਇਹ ਇੱਧਰ ਪਿਛਲੇ ਪਾਸੇ ਤੇ ਦੂਜੇ ਪਾਸੇ ਉੱਧਰ ਮਤਲਬ ਹੁਣ ਇੱਥੇ ਇਹੀ ਚੀਜ਼ਾਂ ਸਿੱਖ ਰਹੇ ਹਾਂ ਵੀ ਕਿੱਧਰ ਨੂੰ ਕਿਆ ਕਰੀਏ ਕਿੱਧਰ ਨੂੰ ਕਿਆ ਕੰਮ ਕਰੀਏ ਕਿੱਧਰ ਨੂੰ ਪੈਸੇ ਲਾ ਕੇ ਅਤੇ ਕਿੱਧਰ ਨੂੰ ਪੈਸੇ ਵੰਡਣ। ਇਹ ਮੈਂ ਤੁਹਾਨੂੰ ਦੱਸ ਰਿਹਾ ਵੀ 4 ਪੈਸੇ ਹੈਗੇ ਤੁਹਾਡੇ ਕੋਲ ਤੁਹਾਡੇ ਇਨਵੈਸਟ ਕਰਵਾ ਕੇ ਅਤੇ ਪੈਸੇ ਨਾਲ ਪੈਸਾ ਬਣਾਈਏ ਆਪਾਂ। ਲਿਫਟ ਚੱਲੀ ਹੁਣ ਭਾਅ ਜੀ ਕਿੱਧਰ ਲਿਫਟ ਇੱਧਰ ਨਹੀਂ ਲਿਫਟ ਭਾਅ ਜੀ ਕਿੱਧਰ ਇੱਧਰ ਅੰਦਰ ਜਾ ਕੇ ਹੈਗੀ ਆ ਲਿਫਟ ਚਲੋ ਉਹ ਤਾਂ ਮਤਲਬ ਐਂ ਹੈ ਨਾ। ਹਾਂ ਹਾਂ ਅੱਜ ਖੁੱਲ੍ਹੀ ਚੱਲੀ ਨਹੀਂ ਚੱਲੀ ਨਹੀਂ ਹੈਗੀ ਠੀਕ ਹੈ। ਇਹ ਹਰ ਇੱਕ ਦੀ ਜਿੱਥੇ ਆਪਾਂ ਪਹਿਲਾਂ ਆਏ ਹਾਂ ਉਹ ਦੂਜਾ ਇਹਦਾ ਆ ਗਿਆ ਪੋਰਸ਼ਨ ਉਹ ਵੀ 5ਵੀਂ ਫਲੋਰ ਤੱਕ ਹੀ ਆਉਂਦਾ। ਅੱਛਾ ਇਹ ਤਾਂ ਐਂ ਵੀ ਹੁਣ ਆਪਾਂ ਪੈਦਲ ਫਟਾਫਟ ਚੱਲ ਜਾਈਏ। ਹਾਂ ਪੌੜੇ ਵੀ ਦੂਜੇ ਜਗ੍ਹਾ ਉਹਨੇ ਹੈ ਖੁੱਲ੍ਹੀਆਂ ਡੁੱਲੀਆਂ ਵੀ ਐਂ ਜ਼ੋਰ ਲੱਗ ਨੂੰ ਚੜ੍ਹਨਾ ਪੈ ਰਿਹਾ ਇਹ ਬੇਸਿਕਲੀ ਐਮਰਜੈਂਸੀ ਐਗਜ਼ਿਟ ਆ ਰਹੀ ਹੈ। ਇਹ ਦੇਖੋ ਥੋੜ੍ਹੇ ਬਹੁਤ ਲਾ ਕੇ 10 ਲੱਖ ਰੁਪਇਆ ਲੈ ਕੇ ਲਾ ਲਿਆਓ 30 ਲੱਖ ਦਾ ਲੋਨ ਕਰਾ ਲਓ ਅਤੇ ਉਹਦੇ ਬਾਅਦ ਹੌਲੀ ਹੌਲੀ ਕਿਰਾਏ ਪਰ ਚੜ੍ਹਾ ਦਿਓ ਜਾਂ ਤੁਸੀਂ ਆਪਣਾ ਵੀ ਦਫ਼ਤਰ ਵੀ ਬਣਾ ਸਕਦੇ ਹੋ ਜੇ ਕਿਸੇ ਨੇ ਖੋਲ੍ਹਣਾ। ਮੈਂ ਕਹਿੰਦਾ ਮੈਂ ਇੱਕ ਸਕੂਟੀ ਟਾਈਪ ਬਣਾ ਲਈ ਭਾਅ ਜੀ ਇੱਥੇ ਆਪਾਂ ਜਿੱਥੇ ਆਪਾਂ ਪੋਡਕਾਸਟ ਅਤੇ ਹੋਰ ਕੁਛ ਕਰਾਉਣਾ ਹੋਵੇ। ਅੱਛਾ ਮੂਹਰੇ ਫਰੰਟ ਜਿੱਥੇ ਪਹਿਲਾਂ ਦੇਖਿਆ ਸੜਕ ਤੇ ਇੱਥੋਂ ਨਾ ਫੂਡ ਹੱਬ ਪੂਰਾ ਬਣ ਜਾਣਾ ਸਿਰੇ ਦਾ ਨਾ ਫੂਡ ਦੀਆਂ ਦੁਕਾਨਾਂ ਖੁੱਲ੍ਹਣੀਆਂ ਇਹ
ਇਹ ਸਾਰਾ ਇੱਕੋ ਕਰ ਦੇਣਾ ਸਿਰੇ ਤੱਕ ਭਾਜੀ ਇਹ ਨਾ ਇਹ ਤਾਂ ਇੱਕੋ ਹੀ ਕਰ ਦੇਣਾ ਇਹਨਾਂ ਨੇ ਅੱਛਾ ਪੰਜ ਦੁਕਾਨ ਦੇ ਇੱਕੋ ਕਰ ਦੇਣਾ ਇਹਨਾਂ ਨੇ ਹੁਣ ਤਾਂ ਵੈਸੇ ਬੇਈ ਸ਼ੋਪ ਆਹ ਲਾ ਲਓ ਆਹ ਕੰਧ ਅੱਛਾ ਇਹ ਐਂ ਸਿੱਧੀ ਉਹ ਪਿੱਛੇ ਤੱਕ ਅੱਛਾ ਅੰਦਰ ਪਿੱਛੇ ਤੱਕ ਦੇਖ ਕੇ ਮੜਾ ਜਾ ਗੱਡੀ ਕੀ ਬੜੀ ਪਿੱਛੇ ਨੂੰ ਬਸ ਠੀਕ ਹੈ ਇੱਧਰ ਠੀਕ ਹੈ ਤਾਂ ਪਿੱਛੇ ਬਣ ਜਾਓ ਕਿਚਨ ਕੁਚਨ ਰਹਿੰਦਾ ਪੁੱਛੀ ਤਾਂ ਮੜਾ ਜਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਵੀ ਲੋਕ ਪੈਸੇ ਨਾਲ ਪੈਸਾ ਕਿਸ ਤਰ੍ਹਾਂ ਬਣਾ ਰਹੇ ਆ ਥੋੜ੍ਹਾ ਬਾਹਰ ਨਿਕਲੋ ਸਰਚ ਕਰੋ ਫਿਰ ਪਤਾ ਲੱਗਦਾ ਆਹ ਸਾਰੇ ਉੱਪਰ ਦਫ਼ਤਰ ਜਿਹੜੇ ਅਸੀਂ ਉੱਪਰੋਂ ਆਏ ਹਾਂ ਦੇਖ ਕੇ ਅੱਠ ਮੰਜ਼ਲੀ ਹੁਣ ਅਸੀਂ ਇੱਕ ਹੋਰ ਪ੍ਰੋਜੈਕਟ ਦੇਖਣ ਚੱਲੇ ਹਾਂ ਅੱਜ ਨਾ ਇੱਕ ਅਸੀਂ ਹੋਰ ਟਰਾਈ ਕਰਨ ਲੱਗੇ ਹਾਂ ਇੱਕ ਇੱਥੇ ਆਏ ਹਾਂ ਢਾਬੇ ਪਰ ਮਨ ਸਰੋਵਰ ਢਾਬਾ ਭਾਜੀ ਕਹਿੰਦੇ ਸਿੰਪਲ ਅਤੇ ਸਿੰਪਲ ਜਿਹਾ ਢਾਬਾ ਹੈ ਅਤੇ ਖਾਣਾ ਸ਼ਾਨਦਾਰ ਹੈ ਸਾਡੇ ਬਜਟ ਵਿੱਚ ਇਹ ਨੀਵੀਂ ਦੁਕਾਨ ਉੱਚਾ ਪਕਵਾਨ ਹੈ ਇੱਦਾਂ ਕਹਿ ਸਕਦੇ ਲਓ ਜੀ ਸਿੰਪਲ ਜਿਹੀ ਦੁਕਾਨ ਆ ਸਾਨੂੰ ਟਮਾਟਰ ਸਲਾਦ ਵਿੱਚ ਆ ਗਏ ਉਹ ਬਾਈ ਗੱਲ ਸੁਣੀ ਆ ਟਮਾਟਰ ਪੈਕ ਕਰ ਦੀ ਯਾਰ ਅਸੀਂ ਘਰ ਨੂੰ ਲੈ ਕੇ ਜਾਣੇ ਹਾਂ ਅੱਜ ਲਾਡੀ ਭਾਈ ਦਾ ਕੀੜਾ ਜਾ ਗਿਆ ਸ਼ੋਪਿੰਗ ਦਾ ਅਤੇ ਆਹ ਬਾਈ ਪੰਜਾਬ 'ਚ ਆਇਆ ਬਾਈ ਪੰਜਾਬ ਵਿੱਚ ਇਹ ਕਹਿੰਦੇ ਇੱਥੇ ਕੱਪੜਾ ਦੇਖਣਾ ਅਤੇ ਲੈਣਾ ਦੇਖਦੇ ਅੰਦਰ ਜਾ ਕੇ ਜਿੱਦਾਂ ਸਰਦਾਰ ਜੀ ਬਣਾਏ ਹੋਏ ਨੇ ਟੌਰ ਤਾਂ ਬੜੀ ਬਣਾਈ ਯਾਰ ਦੀਪ ਆ ਗਿਆ ਅੱਜ ਮੁੰਡਾ ਰਜਿਸਟਰੀ ਕਰਾ ਕੇ ਆਇਆ ਅੱਜ ਪਾਰਟੀ ਦੇ ਬਲ ਬਣਦੀ ਹੈ ਮੈਂ ਅੱਜ ਇੱਕ ਹੋਰ ਪ੍ਰੋਜੈਕਟ ਦੇਖ ਕੇ ਆਇਆ ਅਤੇ ਉਸ ਉੱਥੋਂ ਉਹਦੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਆਉਣ ਵਾਲੇ ਟਾਈਮ 'ਚ ਮੈਂ ਉਹਦੀ ਵੀਡੀਓ ਬਣਾਊਂਗਾ ਅਤੇ ਬਹੁਤ ਤੁਹਾਡੇ ਫੋਨ ਵੀ ਆਏ ਆ ਪ੍ਰੋਪਰਟੀ ਲੈਣ ਵਾਸਤੇ ਹੁਣ ਮੈਂ ਇੱਕ ਇਹ ਚੀਜ਼ ਸੋਚ ਰਿਹਾ ਵੀ ਇੱਕ ਆਪਾਂ ਵੀਡੀਓ ਇਹਦੀ ਬਣਾਈ ਜੇ ਕਿਸੇ ਨੇ ਆਪਣੀ ਪ੍ਰੋਪਰਟੀ ਵੇਚਣੀ ਵੀ ਜੇ ਕਿਸੇ ਨੇ ਸੇਲ ਕਰਨੀ ਹੈ ਹੁਣ ਆਪਾਂ ਵਿੱਚ ਲੈਣ ਵਾਲੀ ਦੇ ਅਤੇ ਕਿਸੇ ਨੇ ਵੇਚਣ ਵਾਲੀ ਉਹਦੇ ਵੀ ਇੱਕ ਦੋ ਵੀਡੀਓ ਬਣਾ ਕੇ ਪਾਈਏ ਅਤੇ ਜ਼ਰੂਰ ਵੀ ਸੰਪਰਕ ਕਰੋ ਜੇ ਕਿਸੇ ਨੇ ਆਪਣੀ ਜਗ੍ਹਾ ਕਿਸੇ ਨੇ ਵੇਚਣੀ ਕਿਸੇ ਨੇ ਫਲੈਟ ਵੇਚਣਾ ਜਾਂ ਕਿਸੇ ਨੇ ਲੈਣਾ ਤਾਂ ਜ਼ਰੂਰ ਸਾਡੇ ਨਾਲ ਗੱਲਬਾਤ ਕਰਿਓ ਹੈ ਅਤੇ ਅੱਜ ਵੀਡੀਓ ਹੁਣ ਤਾਂ ਮੈਨੂੰ ਪਤਾ ਲੱਗਿਆ ਕਿੱਦਾਂ ਦੀ ਕਿਆ ਕੁਛ ਹੋਇਆ ਉਦੋਂ ਜਗਦੀਪ ਆ ਗਿਆ ਲਾਡੀ ਭਾਈ ਸਾਰੇ ਅਸੀਂ ਇਕੱਠੇ ਬੈਠੇ ਹੋਏ ਗੱਲਾਂ ਬਾਤਾਂ ਕਰਦੇ ਰਹੇ ਅਤੇ ਥੋੜ੍ਹਾ ਇੱਕ ਪ੍ਰੋਜੈਕਟ ਵੀ ਦੇਖ ਕੇ ਫਿਰ ਆਉਂਦੇ ਉਦੋਂ ਹਨੇਰਾ ਹੋ ਗਿਆ ਅਤੇ ਹੁਣ ਆਪਾਂ ਵੀਡੀਓ ਬੰਦ ਕਰਦੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਬਹੁਤ ਸ਼ੇਅਰ ਕਰ ਦਿਉ ਅਤੇ ਆਪਣੀ ਕੱਲ੍ਹ ਵਾਲੀ ਵੀਡੀਓ ਸੋਹਣੀ ਚੱਲ ਰਹੀ ਹੈ ਅਤੇ ਬਹੁਤ ਥੋੜ੍ਹਾ ਪ੍ਰੇਮ ਮਿਲ ਰਿਹਾ ਧੰਨਵਾਦ ਜਿਹੜਿਆਂ ਦਾ ਫੋਨ ਕੀਤਾ ਪ੍ਰੋਪਰਟੀ ਲੈਣ ਵਾਸਤੇ ਅਤੇ ਵੇਚਣ ਵਾਸਤੇ ਨਾ ਲੈਣ ਵਾਸਤੇ ਕਰਿਆ ਫੋਨ ਦੋ ਤਿੰਨ ਬੰਦਿਆਂ ਦੇ ਆਏ ਆ ਅਤੇ ਚੰਗੇ ਕੰਮ ਚੱਲ ਸਕਦਾ ਅਤੇ ਬਹੁਤ ਤੁਹਾਡੇ ਸੁਝਾਅ ਵੀ ਆ ਰਹੇ ਆ ਅਤੇ ਇੱਕ ਪ੍ਰੋਜੈਕਟ ਜਿੱਦਾਂ ਮੈਂ ਦੱਸਿਆ ਪ੍ਰੋਜੈਕਟ ਹੋਰ ਸੋਚ ਰਹੇ ਉਹ ਆਉਣ ਵਾਲੇ ਟਾਈਮ 'ਚ ਦੱਸਾਂਗੇ ਅਤੇ ਧੰਨਵਾਦ ਜੀ